ਮਾਣਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਸੀ ਕਿ ਸਾਰੇ ਪੰਜਾਬ ਵਿੱਚ ਆਂਗਨਵਾੜੀ ਸੈਂਟਰਾਂ 'ਚ ਜਿਹੜੀ ਫੀਡ ਜਾ ਰਹੀ ਹੈ ਉਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ। ਤੋ ਸੋ ਅਸੀਂ ਅੱਜ ਮੋਰਨਿੰਗ ਸਾਨੂੰ ਆਦੇਸ਼ ਪ੍ਰਾਪਤ ਹੋਏ ਅਤੇ ਅਸੀਂ ਵੱਖ ਵੱਖ ਦਫ਼ਤਰ 'ਚ ਜਿੱਥੇ ਫੀਡ ਸਟੋਕ ਹੈ ਜਾਂ ਜਿੱਥੇ ਵੀ ਫੀਡ ਪਈ ਹੈ ਉਹਦੀ ਮੀਡੀਆ ਦੀ ਪ੍ਰੈਜੈਂਸ ਦੇ ਵਿੱਚ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਅਤੇ ਹੋਰ ਜਿਹੜੇ ਮੁਤਬਰ ਲੋਕ ਆ ਉਹਨਾਂ ਦੀ ਪ੍ਰੈਜੈਂਸ ਵਿੱਚ ਫੀਡ ਦੀ ਕੁਆਲਿਟੀ ਕੁਆਂਟਿਟੀ ਚੈੱਕ ਕੀਤੀ ਗਈ। ਮੌਕੇ 'ਤੇ ਉਹਨਾਂ ਨੂੰ ਬਣਾ ਕੇ ਸਾਰਿਆਂ ਵੱਲੋਂ ਖਾ ਕੇ ਦੇਖਿਆ ਗਿਆ ਔਰ ਜਿਹੜੀ ਫੀਡ ਹੈਗੀ ਆ ਉਹ ਬਿਲਕੁਲ ਠੀਕ ਪਾਈ ਗਈ। ਦੇਖੋ ਸਾਨੂੰ ਸ਼ਿਕਾਇਤ ਪ੍ਰਾਪਤ ਵਰਕਰ ਯੂਨੀਅਨ ਵੱਲੋਂ ਹੋਈ ਸੀ, ਇਸੇ ਲਈ ਅੱਜ ਮੌਕੇ 'ਤੇ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਗਿਆ ਅਤੇ ਫੀਡ ਦੇ ਠੀਕ ਪਾਈ ਗਈ ਹੈ। ਔਰ ਜਿਹੜੇ ਜਿਸ ਤਰ੍ਹਾਂ ਚੀਨੀ ਦੀ ਮਾਤਰਾ ਹੈ ਜਾਂ ਨਮਕ ਦੀ ਮਾਤਰਾ ਉਹ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਜਿਹੜੇ ਛੋਟੇ ਬੱਚਿਆਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਪਾਇਆ ਗਿਆ ਆ। ਸੋ ਜੇ ਕੋਈ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ ਤਾਂ ਉਹ ਅਸੀਂ ਲਿਖਤੀ ਰੂਪ 'ਚ ਦੇ ਸਕਦੇ ਹਾਂ, ਬਟ ਜਿੰਨਾ ਕੁ ਬੱਚਿਆਂ ਦੀ ਨਿਊਟ੍ਰੀਸ਼ਨ ਵੈਲਿਊ ਦੇ ਹਿਸਾਬ ਨਾਲ ਹੈ ਫੀਡ ਠੀਕ ਪਾਈ। ਮਾਣਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਸੀ ਕਿ ਸਾਰੇ ਪੰਜਾਬ ਵਿੱਚ ਆਂਗਨਵਾੜੀ ਸੈਂਟਰਾਂ 'ਚ ਜਿਹੜੀ ਫੀਡ ਜਾ ਰਹੀ ਹੈ ਉਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ। ਤੋ ਸੋ ਅਸੀਂ ਅੱਜ ਮੋਰਨਿੰਗ ਸਾਨੂੰ ਆਦੇਸ਼ ਪ੍ਰਾਪਤ ਹੋਏ ਅਤੇ ਅਸੀਂ ਵੱਖ ਵੱਖ ਦਫ਼ਤਰ 'ਚ ਜਿੱਥੇ ਫੀਡ ਸਟੋਕ ਹੈ ਜਾਂ ਜਿੱਥੇ ਵੀ ਫੀਡ ਪਈ ਹੈ ਉਹਦੀ ਮੀਡੀਆ ਦੀ ਪ੍ਰੈਜੈਂਸ ਦੇ ਵਿੱਚ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਅਤੇ ਹੋਰ ਜਿਹੜੇ ਮੁਤਬਰ ਲੋਕ ਆ ਉਹਨਾਂ ਦੀ ਪ੍ਰੈਜੈਂਸ ਵਿੱਚ ਫੀਡ ਦੀ ਕੁਆਲਿਟੀ ਕੁਆਂਟਿਟੀ ਚੈੱਕ ਕੀਤੀ ਗਈ। ਮੌਕੇ 'ਤੇ ਉਹਨਾਂ ਨੂੰ ਬਣਾ ਕੇ ਸਾਰਿਆਂ ਵੱਲੋਂ ਖਾ ਕੇ ਦੇਖਿਆ ਗਿਆ ਔਰ ਜਿਹੜੀ ਫੀਡ ਹੈਗੀ ਆ ਉਹ ਬਿਲਕੁਲ ਠੀਕ ਪਾਈ ਗਈ। ਦੇਖੋ ਸਾਨੂੰ ਸ਼ਿਕਾਇਤ ਪ੍ਰਾਪਤ ਵਰਕਰ ਯੂਨੀਅਨ ਵੱਲੋਂ ਹੋਈ ਸੀ, ਇਸੇ ਲਈ ਅੱਜ ਮੌਕੇ 'ਤੇ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਗਿਆ ਅਤੇ ਫੀਡ ਦੇ ਠੀਕ ਪਾਈ ਗਈ ਹੈ। ਔਰ ਜਿਹੜੇ ਜਿਸ ਤਰ੍ਹਾਂ ਚੀਨੀ ਦੀ ਮਾਤਰਾ ਹੈ ਜਾਂ ਨਮਕ ਦੀ ਮਾਤਰਾ ਉਹ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਜਿਹੜੇ ਛੋਟੇ ਬੱਚਿਆਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਪਾਇਆ ਗਿਆ ਆ। ਸੋ ਜੇ ਕੋਈ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ ਤਾਂ ਉਹ ਅਸੀਂ ਲਿਖਤੀ ਰੂਪ 'ਚ ਦੇ ਸਕਦੇ ਹਾਂ, ਬਟ ਜਿੰਨਾ ਕੁ ਬੱਚਿਆਂ ਦੀ ਨਿਊਟ੍ਰੀਸ਼ਨ ਵੈਲਿਊ ਦੇ ਹਿਸਾਬ ਨਾਲ ਹੈ ਫੀਡ ਠੀਕ ਪਾਈ। ਮਾਣਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਸੀ ਕਿ ਸਾਰੇ ਪੰਜਾਬ ਵਿੱਚ ਆਂਗਨਵਾੜੀ ਸੈਂਟਰਾਂ 'ਚ ਜਿਹੜੀ ਫੀਡ ਜਾ ਰਹੀ ਹੈ ਉਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ। ਤੋ ਸੋ ਅਸੀਂ ਅੱਜ ਮੋਰਨਿੰਗ ਸਾਨੂੰ ਆਦੇਸ਼ ਪ੍ਰਾਪਤ ਹੋਏ ਅਤੇ ਅਸੀਂ ਵੱਖ ਵੱਖ ਦਫ਼ਤਰ 'ਚ ਜਿੱਥੇ ਫੀਡ ਸਟੋਕ ਹੈ ਜਾਂ ਜਿੱਥੇ ਵੀ ਫੀਡ ਪਈ ਹੈ ਉਹਦੀ ਮੀਡੀਆ ਦੀ ਪ੍ਰੈਜੈਂਸ ਦੇ ਵਿੱਚ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਅਤੇ ਹੋਰ ਜਿਹੜੇ ਮੁਤਬਰ ਲੋਕ ਆ ਉਹਨਾਂ ਦੀ ਪ੍ਰੈਜੈਂਸ ਵਿੱਚ ਫੀਡ ਦੀ ਕੁਆਲਿਟੀ ਕੁਆਂਟਿਟੀ ਚੈੱਕ ਕੀਤੀ ਗਈ। ਮੌਕੇ 'ਤੇ ਉਹਨਾਂ ਨੂੰ ਬਣਾ ਕੇ ਸਾਰਿਆਂ ਵੱਲੋਂ ਖਾ ਕੇ ਦੇਖਿਆ ਗਿਆ ਔਰ ਜਿਹੜੀ ਫੀਡ ਹੈਗੀ ਆ ਉਹ ਬਿਲਕੁਲ ਠੀਕ ਪਾਈ ਗਈ। ਦੇਖੋ ਸਾਨੂੰ ਸ਼ਿਕਾਇਤ ਪ੍ਰਾਪਤ ਵਰਕਰ ਯੂਨੀਅਨ ਵੱਲੋਂ ਹੋਈ ਸੀ, ਇਸੇ ਲਈ ਅੱਜ ਮੌਕੇ 'ਤੇ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਗਿਆ ਅਤੇ ਫੀਡ ਦੇ ਠੀਕ ਪਾਈ ਗਈ ਹੈ। ਔਰ ਜਿਹੜੇ ਜਿਸ ਤਰ੍ਹਾਂ ਚੀਨੀ ਦੀ ਮਾਤਰਾ ਹੈ ਜਾਂ ਨਮਕ ਦੀ ਮਾਤਰਾ ਉਹ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਜਿਹੜੇ ਛੋਟੇ ਬੱਚਿਆਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਪਾਇਆ ਗਿਆ ਆ। ਸੋ ਜੇ ਕੋਈ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ ਤਾਂ ਉਹ ਅਸੀਂ ਲਿਖਤੀ ਰੂਪ 'ਚ ਦੇ ਸਕਦੇ ਹਾਂ, ਬਟ ਜਿੰਨਾ ਕੁ ਬੱਚਿਆਂ ਦੀ ਨਿਊਟ੍ਰੀਸ਼ਨ ਵੈਲਿਊ ਦੇ ਹਿਸਾਬ ਨਾਲ ਹੈ ਫੀਡ ਠੀਕ ਪਾਈ।